ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ ਇੱਕ ਇੱਕ ਕੁਐਸਚਨ ਇਗਜ਼ਾਮ ਦੇ ਪੁਆਇੰਟ ਆਫ View ਤੋਂ ਬਹੁਤ ਹੀ ਮਹੱਤਵਪੂਰਨ ਰਹੇਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਦੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 4454 ਇਸ ਨੰਬਰ ਤੇ ਜਾਂ ਤਾਂ ਤੁਸੀਂ ਮੈਨੂੰ ਵਟਸਐਪ ਥਰੂ ਮੈਸੇਜ ਵੀ ਕਰ ਸਕਦੇ ਹੋ ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਜੀ ਠੀਕ ਹੈ ਫੀਸ ਸਿਰਫ 200 ਰੁਪਏ ਹੈਗੀ ਇਹਨਾਂ ਦੀ ਠੀਕ ਹੈ 200 ਰੁਪਏ ਦੇ ਵਿੱਚ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਲੈ ਸਕਦੇ ਹੋ ਤੁਹਾਨੂੰ ਹੀ ਪਤਾ ਹੈ 35 ਨੰਬਰ ਦੀ ਪੰਜਾਬ ਆਪਣੀ ਜੀਕੇ ਪੁੱਛੀ ਜਾਵੇਗੀ ਆ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਲਗਭਗ ਤੁਹਾਨੂੰ 10 ਤੋਂ 15 ਕੁਐਸਚਨ ਪੰਜਾਬ ਜੀਕੇ ਦੇ ਦੇਖਣ ਨੂੰ ਮਿਲਣਗੇ ਠੀਕ ਹੈ ਤੁਸੀਂ ਪਿਛਲਾ ਵੀ ਪੇਪਰ ਉਠਾ ਕੇ ਦੇਖ ਸਕਦੇ ਜੇ ਤਾਂ ਉਹਦੇ ਵਿੱਚ ਵੀ 10 ਤੋਂ 15 ਕੁਐਸ਼ਨ ਆਏ ਸਨ ਪੰਜਾਬ ਜੀਕੇ ਦੇ ਨਾਲ ਰਿਲੇਟਡ ਸੋ ਪੰਜਾਬ ਜੀਕੇ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੋਵੇਗੀ ਜੇਕਰ ਤੁਸੀਂ ਐਗਜ਼ਾਮ ਨੂੰ ਆਸਾਨੀ ਦੇ ਨਾਲ ਕੁਆਲੀਫਾਈ ਕਰਨਾ ਚਾਹੁੰਦੇ ਜੇ ਤਾਂ ਪੰਜਾਬ ਜੀਕੇ ਦੇ ਨੋਟਸ ਲੈਣ ਲਈ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ ਉਸ ਨੰਬਰ ਤੇ ਕਾਲ ਕਰਨਾ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੁਐਸ਼ਨ ਦਿੱਤਾ ਗਿਆ ਸਭ ਤੋਂ ਪਹਿਲੀ ਸਿੱਖ ਮਿਸਲ ਕਿਹੜੀ ਸੀ ਪਰ ਲੱਗਦਾ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਟੋਟਲ ਮਿਸਲਾਂ ਦੀ ਗਿਣਤੀ ਕਿੰਨੀ ਸੀ ਤਾਂ ਪੇਪਰ ਦੇ ਵਿੱਚ ਆਨਸਰ ਟਿੱਕਾ ਰੱਖਣਾ ਟੋਟਲ ਮਿਸਲਾਂ ਦੀ ਗਿਣਤੀ ਸੀਗੀ 12 ਇਹਨਾਂ ਵਿੱਚੋਂ ਇੱਕ ਮਿਸਲ ਸੀਗੀ ਜਿਹੜੀ ਦਾਲ ਖਾਲਸਾ ਦਾ ਹਿੱਸਾ ਨਹੀਂ ਬਣੀ ਸੀ ਉਹਦਾ ਮਿਸਲ ਦਾ ਨਾਮ ਸੀਗਾ ਫੂਲਕਿਆ ਮਿਸਲ ਕੁਸ਼ਨ ਬਣਦਾ ਹੈ ਪੇਪਰ ਵਿੱਚ ਕਿ ਕਿਹੜੀ ਮਿਸਲ ਦਾਲ ਖਾਲਸਾ ਦਾ ਹਿੱਸਾ ਨਹੀਂ ਬਣੀ ਸੀ ਤਾਂ ਪੇਪਰ ਵਿੱਚ ਆਨਸਰ ਟਿੱਕਾ ਰੱਖਣਾ ਹੈ ਫੂਲਕਿਆ ਮਿਸਲ ਤਾਂ ਇੱਥੇ ਆਨਸਰ ਬਣੇਗਾ ਫੈਜ਼ਲਪੁਰੀਆ ਮਿਸਲ ਫਾਜ਼ਲਪੁਰੀਆ ਜਿਹੜੀ ਮਿਸਲ ਸੀਗੀ ਤਾਂ ਇਹ ਸਭ ਤੋਂ ਪਹਿਲੀ ਸਿੱਖ ਮਿਸਲ ਮੰਨੀ ਜਾਂਦੀ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਇਸ ਮਿਸਲ ਦਾ ਮੋਢੀ ਸੀਗਾ ਨਵਾਬ ਕਪੂਰ ਸਿੰਘ ਕੌਣ ਸੀ ਨਵਾਬ ਕਪੂਰ ਸਿੰਘ ਜਿਸ ਨੇ ਦਲ ਖਾਲਸਾ ਦੀ ਸਥਾਪਨਾ ਵੀ ਕੀਤੀ ਹੈ ਠੀਕ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਆਪਣਾ ਕੁਸ਼ਣ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾ ਹਮਲਾ ਕਿੱਥੇ ਕੀਤਾ ਸੀ ਠੀਕ ਹੈ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਤਾਂ ਪੇਪਰ ਵਿੱਚ ਆਨਸਰ ਟਿੱਕ ਕਰਨਾ ਹੈ ਲਸ਼ਮਣ ਦੇਵ ਲਸ਼ਮਣ ਦੇਵ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨੇਮ ਸੀਗਾ ਠੀਕ ਹੈ ਇਸ ਤਰ੍ਹਾਂ ਵਾ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੂੰ ਨੇਮ ਕਿਸ ਨੇ ਦਿੱਤਾ ਸੀ ਤਾਂ ਇਹ ਨੇਮ ਦਿੱਤਾ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਐਡ ਬੰਦਾ ਸਿੰਘ ਬਹਾਦਰ ਦਾ ਇੱਕ ਹੋਰ ਵੀ ਨੇਮ ਹੈ ਗੁਰਬਖਸ਼ ਸਿੰਘ ਤਾਂ ਉਹ ਵੀ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਦਿੱਤਾ ਸੀ ਤਾਂ ਇੱਥੇ ਕਰੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਸੋਨੀਪਟ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ ਸੋਨੀਪਤ ਤੇ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨੈਕਸਟ ਗੁਰਦਾਸ ਨੰਗਲ ਦੀ ਲੜਾਈ ਵਿੱਚੋਂ ਮੁਗਲਾਂ ਦੀ ਅਗਵਾਈ ਕੌਣ ਕਰ ਰਿਹਾ ਸੀ ਸੋ ਤੁਹਾਨੂੰ ਪਤਾ ਹੈ ਗੁਰਦਾਸ ਨੰਗਲ ਦੀ ਜਿਹੜੀ ਲੜਾਈ ਹੈ 1715 ਦੇ ਵਿੱਚ ਹੁੰਦੀ ਹੈ ਇਸ ਲੜਾਈ ਦੇ ਵਿੱਚੋਂ ਠੀਕ ਹੈ ਬੰਦਾ ਸਿੰਘ ਬਹਾਦਰ ਨੂੰ ਬੰਦੀ ਬਣਾ ਲਿਆ ਚੰਦਾ ਹੈ ਤਾਂ ਇੱਥੇ ਕਰੈਕਟ ਆਂਸਰ ਬਣੇਗਾ ਆਪਸ਼ਨ ਨੰਬਰ B ਯਾਨੀ ਕਿ ਅਬਦੁੱਸ ਸਮਨਦਖਾਂ ਠੀਕ ਹੈ ਗੁਰਦਾਸ ਰੰਗੜ ਦੀ ਲੜਾਈ ਵਿੱਚੋਂ ਮੁਗਲਾਂ ਦੀ ਅਗਵਾਈ ਕਿਸ ਨੇ ਕੀਤੀ ਸੀ ਅਬਦੁੱਸ ਸਮਨਦਖਾਂ ਨੇ ਕੀਤੀ ਸੀ B ਬਿਲਕੁਲ ਸਹੀ ਆਂਸਰ ਬਣ ਚੋਵੇਗਾ ਆਪਸ਼ਨ ਨੰਬਰ B ਹਾਂਜੀ ਜੇਕਰ ਵੀਡੀਓ ਹੈਲਪਫੁਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਤ ਬਾਤ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਨੈਕਸਟ ਆਪਣਾ ਕੁਐਸਚਨ ਇੱਥੇ ਪੁਆਇੰਟ ਸੋਰੀ ਦਿੱਤਾ ਹੋਇਆ ਹੈ ਇਸ ਲੜਾਈ ਦੇ ਵਿੱਚ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਵਿੱਚ ਪਨਾਹ ਲਈ ਸੀ ਨੈਕਸਟ ਜਿੱਕਰ ਆਪਾਂ ਗੱਲ ਕਰੀਏ ਇਸ ਲੜਾਈ ਵਿੱਚੋਂ ਹੀ ਬੰਦਾ ਸਿੰਘ ਬਹਾਦਰ ਨੂੰ ਬੰਦੀ ਬਣਾ ਲਿਆ ਗਿਆ ਸੀਗਾ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਸ਼ਹੀਦੀ ਪ੍ਰਾਪਤ ਹੁੰਦੀ ਹੈ 1716 ਦੇ ਵਿੱਚ ਹੁੰਦੀ ਹੈ ਕਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤੇ ਦੁਆਰਾ ਕਿਹੜੇ ਮੁਗਲ ਬਾਸ਼ਾ ਨੇ ਕਰਵਾਇਆ ਸੀ ਤਾਂ ਫਰਖ ਸੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ ਇਹ ਬੰਦਾ ਸਿੰਘ ਬਹਾਦਰ ਦੇ بیٹے ਦਾ ਨਾਮ ਸੀਗਾ ਅਜੇ ਸਿੰਘ ਨੈਕਸਟ ਆਪਾਂ ਕੁਸ਼ਨ ਦੇਖਦੇ ਹਾਂ ਸ਼ੁਕਰਚੱਕਿਆ ਜਿਹੜੀ ਮਿਸਲ ਸੀਗੀ ਇਸਦੇ ਮੋਢੀ ਕੌਣ ਸਨ? ਇਗਜ਼ਾਮ ਦੇ ਵਿੱਚ ਇੱਕ ਹੋਰ ਕੁਐਸਚਨ ਬਣਦਾ ਹੈ ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਦੇ ਨਾਲ ਸੰਬੰਧ ਸਨ? ਤਾਂ ਪੇਪਰ ਵਿੱਚ ਆ ਸਰਟੀਕ ਕਰ ਕੌਣਾ ਹੈ? ਸ਼ੁਕਰਚੱਕਿਆ ਮਿਸਲ। ਤਾਂ ਇੱਥੇ ਕਰੈਕਟ ਆਨਸਰ ਬਣੇਗਾ ਚੜਤ ਸਿੰਘ। ਚੜਤ ਸਿੰਘ ਸ਼ੁਕਰਚੱਕਿਆ ਮਿਸਲ ਦੇ ਮੋਢੀ ਸਨ। ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ। ਨੈਕਸਟ ਆਪਣਾ ਕੁਐਸਚਨ ਹੈਗਾ ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੋਇਆ ਸੀ? ਹਾਂ ਵੀ ਕੋਸ਼ਿਸ਼ ਕੋਸ਼ਣ ਜਿਹੜਾ ਬਹੁਤ ਮਹੱਤਵਪੂਰਨ ਰਹੇਗਾ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਸਬਰਾਉਂ ਦੀ ਲੜਾਈ ਸਬਰਾਉਂ ਦੀ ਲੜਾਈ ਦੇ ਵਿੱਚ ਸ਼ਾਮ ਸਿੰਘ ਠਾਰੀ ਵਾਲਾ ਸ਼ਹੀਦ ਹੁੰਦਾ ਹੈ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇਹ ਲੜਾਈ ਕਦੋਂ ਹੁੰਦੀ ਹੈ 10 ਫਰਵਰੀ 1846 ਨੂੰ ਠੀਕ ਹੈ 10 ਫਰਵਰੀ 1846 ਨੂੰ ਸਬਰਾਉਂ ਦੀ ਲੜਾਈ ਹੁੰਦੀ ਹੈ ਯਾਨੀ ਕਿ ਪਹਿਲਾ ਐਂਗਲੋ ਸਿੱਖ ਵਾਰ ਜਿਹੜਾ ਹੁੰਦਾ ਹੈ ਤਾਂ ਉਹਦੀ ਲੜਾਈ ਸੀਗੀ ਸਬਰਾਉਂ ਦੀ ਲੜਾਈ ਤਬ ਵੀ ਬਿਲਕੁਲ ਸਹੀ ਆਨਸਰ ਬਣੇਗਾ ਇਸ ਤੋਂ ਇਲਾਵਾ ਬੱਦੋਵਾਲ ਦੀ ਜਿਹੜੀ ਲੜਾਈ ਹੁੰਦੀ ਹੈ ਤਾਂ ਇਸ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜਰੂਰ ਰੱਖਣਾ ਹੈ ਨੈਕਸਟ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਸਿੱਖ ਫੌਜਾਂ ਦੀ ਅਗਵਾਈ ਕੀਤੀ ਸੀ ਇਸ ਲੜਾਈ ਦੇ ਵਿੱਚ ਯਾਨੀ ਕਿ ਸਬਰਾਉਂ ਦੀ ਲੜਾਈ ਦੇ ਵਿੱਚ ਨੈਕਸਟ ਆਪਣਾ ਕੁਐਸਚਨ ਹੈਗਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਲੜਾਈ ਵਿੱਚੋਂ ਜਮਜਮਾ ਤੋਪ ਪ੍ਰਾਪਤ ਹੋਈ ਸੀ ਠੀਕ ਹੈ ਗੱਲ ਕੀਤੀ ਜਾ ਰਹੀ ਹੈ ਜਮਜਮਾ ਜਿਹੜੀ ਤੋਪ ਸੀਗੀ ਕੀੜੇ ਲੜਾਈ ਦੇ ਵਿੱਚੋਂ ਮਹਾਰਾਜਾ ਜਿਸ ਨੂੰ ਪ੍ਰਾਪਤ ਹੁੰਦੀ ਹੈ ਤਾਂ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਅੰਮ੍ਰਿਤਸਰ ਅੰਮ੍ਰਿਤਸਰ ਦੀ ਜਿੱਤ ਲੜਾਈ ਹੁੰਦੀ ਹੈ ਤਾਂ ਇਸ ਲੜਾਈ ਦੇ ਵਿੱਚੋਂ ਜਮਜਮਾ ਤੋਂ ਪ੍ਰਾਪਤ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਤੋਂ ਇਲਾਵਾ ਇਸ ਲੜਾਈ ਤੋਂ ਹੀ ਲੋਹਗੜ ਦਾ ਕਿਲਾ ਵੀ ਪ੍ਰਾਪਤ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਐਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਸੂਬਾਏ ਲਾਹੌਰ ਕਿਹੜੇ ਗੁਰੂ ਨੇ ਬਾਣ ਬੋਧ ਦੀ ਰਚਨਾ ਵੀ ਕੀਤੀ ਸੀ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A یعنی ਕਿ ਦੂਜੇ ਗੁਰੂ ਦੂਜੇ ਗੁਰੂ ਨੇ ਬਾਣ ਬੋਧ ਦੀ ਰਚਨਾ ਵੀ ਕੀਤੀ ਸੀ ਤਾਂ ਇਹ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ A ਗੁਰਮੁਖੀ ਲਿਪੀ ਦਾ ਵਿਕਾਸ ਜਾਂ ਗੁਰਮੁਖੀ ਲਿਪੀ ਨੂੰ ਇੱਕ ਨਵਾਂ ਰੂਪ ਵੀ ਕਿਸ ਨੇ ਦਿੱਤਾ ਸੀ ਸਿੱਖਾਂ ਦੇ ਸੈਕਿੰਡ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਦਿੱਤਾ ਸੀ ਠੀਕ ਹੈ ਮਲ ਅਖੜਾ ਦੀ ਪ੍ਰਥਾ ਜਿਹੜੀ ਹੈ ਤਾਂ ਉਹ ਵੀ ਸ਼ੁਰੂਆਤ ਕੀਤੀ ਹੈ ਕਿਸ ਨੇ ਸਿੱਖਾਂ ਦੇ ਸੈਕਿੰਡ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਤੇ ਇਹਨਾਂ ਦਾ ਬਚਪਨ ਦਾ ਨਾਮ ਸੀਗਾ ਪਾਈ ਲੈਣਾ ਜੀ 62 ਸ਼ਲੋਕਾਂ ਦੀ ਰਚਨਾ ਕੀਤੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਸੀਗੀ ਤਾਂ ਉਸ ਨੂੰ ਇਕੱਠਾ ਕਿਸ ਨੇ ਕੀਤਾ ਸੀ ਤਾਂ ਉਹ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੀ ਕੀਤਾ ਸੀ ਕੀਤਾ ਸੀ ਠੀਕ ਹੈ ਜਿੰਨੇ ਵੀ ਇੱਥੇ ਪੁਆਇੰਟ ਮੈਂਸ਼ਨ ਕੀਤੇ ਨੇ ਤਾਂ ਪਲੀਜ਼ ਇਹਨਾਂ ਨੂੰ ਜਾਂ ਤਾਂ ਤੁਸੀਂ ਨੋਟ ਕਰਨਾ ਹੈ ਨੋਟ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਕਟੋ-ਕਟ ਤਿੰਨ ਤੋਂ ਚਾਰ ਵਾਰ ਤੁਸੀਂ ਜ਼ਰੂਰ ਦੇਖਣਾ ਹੈ ਪਹਿਲੀ ਗੱਲ ਨੋਟ ਜ਼ਰੂਰ ਕਰਨਾ ਹੈ ਤੁਸੀਂ ਬਾਕੀ ਨੋਟਸ ਜੇਕਰ ਲੈ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਾਰਾ ਹੀ ਡਾਟਾ ਪ੍ਰੋਵਾਈਡ ਕੀਤਾ ਜਾਵੇਗਾ। ਨੈਕਸਟ ਕਿਹੜੇ ਗੁਰੂ ਸਹਿਬਾਨ ਨੇ ਸ਼ੂਤ ਸ਼ਾਤ ਦਾ ਖੰਡਨ ਵੀ ਕੀਤਾ ਸੀਗਾ? ਠੀਕ ਹੈ ਪਰਦਾ ਪ੍ਰਥਾ ਹੋ ਗਿਆ। ਜਾਤੀਵਾਦ ਪ੍ਰਥਾ ਜਾਂ ਸ਼ੂਤ ਸ਼ਾਤ ਦਾ ਖੰਡਨ ਕਿਹੜੇ ਗੁਰੂ ਨੇ ਕੀਤਾ ਸੀ? ਜਾਂ ਕਿਹੜੇ ਗੁਰੂ ਸਮਾਜ ਸੁਧਾਰਕ ਵੀ ਰਏ ਸਨ ਤਾਂ ਪੇਪਰ ਵਿੱਚ ਹਮੇਸ਼ਾ ਹੀ ਤੁਸੀਂ ਆਨਸਰ ਟਿੱਕ ਕਰ ਕਾਉਣਾ ਹੈ। ਸ੍ਰੀ ਗੁਰੂ ਅਮਰਦਾਸ ਜੀ। ਸਿੱਖ ਧਰਮ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ੂਤ ਸ਼ਾਤ ਦਾ ਖੰਡਨ ਵੀ ਕੀਤਾ ਹੈ ਤਾਂ ਇਹ ਬਿਲਕੁਲ ਸਹੀ ਆਨਸਰ ਬਣੇਗਾ। ਗੁਰਦੁਆਰਾ ਸੁਧਾਰ ਲਹਿਰ ਕਦੋਂ ਸ਼ੁਰੂ ਕੀਤੀ ਸੀ ਆ ਵੀ ਕੁਸ਼ਨ ਪੇਪਰ ਵਿੱਚ ਬਹੁਤ ਹੀ ਵਾਰ ਪੁੱਛਿਆ ਜਾ ਚੁੱਕਿਆ ਹੈ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਹੈ ਯਾਨੀ ਕਿ 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ੁਰੂ ਕੀਤਾ ਗਿਆ ਸੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਵੀ 1920 ਦੇ ਵਿੱਚ ਹੀ ਕੀਤਾ ਗਿਆ ਸੀ ਬਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਇਹ ਬਣਦਾ ਹੈ 1925 ਦੇ ਵਿੱਚ ਐਕਟ ਜਿਆਦਾ ਪੇਪਰ ਵਿੱਚ ਪੁੱਛਿਆ ਜਾਂਦਾ ਕਦੋਂ ਬਣਦਾ 1925 ਦੇ ਵਿੱਚ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਪੇਪਰ ਵਿੱਚ ਪੁੱਛ ਲ ਜਾਵੇ ਤਾਂ ਸੁੰਦਰ ਸਿੰਘ ਮੰਜੀਟਿਆ ਸੁੰਦਰ ਸਿੰਘ ਮੰਜੀਟਿਆ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ ਸੋ ਸਾਰੇ ਹੀ ਪੁਆਇੰਟ ਮਹੱਤਵਪੂਰਨ ਰਹਿਣਗੇ ਨੈਕਸਟ ਆਪਾਂ ਦੇਖਦੇ ਹਾਂ ਸਾਈਮਨ ਕਮਿਸ਼ਨ ਦੀ ਨਿਯੁਕਤੀ ਕਦੋਂ ਕੀਤੀ ਗਈ ਸੀਗੀ ਇਸ ਕੁਐਸਚਨ ਦੇ ਵਿੱਚ ਤੁਸੀਂ ਥੋੜਾ ਜਿਹਾ ਕਨਫਿਊਜ਼ ਹੋ ਸਕਦੇ ਜੇ ਬਟ ਥਿਉਰੀ ਯਾਰ ਜਰੂਰ ਰੀਡ ਕੀਤੀ ਕਰੋ ਤਾਂ ਆਂਸਰ ਬਣੇਗਾ অপਸ਼ਨ ਨੰਬਰ B ਯਾਨੀ ਕਿ 1927 ਦੇ ਵਿੱਚ ਤੁਹਾਨੂੰ ਪਤਾ ਹੈ ਸਾਈਮਨ ਕਮਿਸ਼ਨ ਪਾਰਤ ਵੈਸੇ ਆਉਂਦਾ 1928 ਦੇ ਵਿੱਚ ਬਟ ਇਸ ਕਮਿਸ਼ਨ ਦੀ ਨਿਯੁਕਤੀ ਹੁੰਦੀ ਹੈ 1927 ਦੇ ਵਿੱਚ ਸਾਈਮਨ ਕਮਿਸ਼ਨ ਦੇ ਕੁੱਲ ਮੈਂਬਰ ਜਿਕਰ ਪੁੱਛਲੇ ਜਾਣ ਪੇਪਰ ਵਿੱਚ ਤਾਂ ਇਸ ਦੇ ਕੁੱਲ 7 ਮੈਂਬਰ ਸਨ ਇਹਨਾਂ ਦੇ ਸਾਈਮਨ ਕਮਿਸ਼ਨ ਦੇ ਪ੍ਰਧਾਨ ਕੌਣ ਸਨ ਜਾਣ ਸਾਈਮਨ ਇਸ ਤਰ੍ਹਾਂ ਵਾ ਜਿਕਰ ਆਪਾਂ ਗੱਲ ਕਰੀਏ ਜਦੋਂ ਸਾਈਮਰ ਕਮਿਸ਼ਨ ਪਾਰਟ ਆਉਂਦਾ 1928 ਦੇ ਵਿੱਚ ਠੀਕ ਹੈ ਇਸ ਦੇ ਵਿਰੋਧ ਦੇ ਵਿੱਚ ਲਾਲਾ ਲਾਜਪਤਰਾਏ ਦੀ ਮੌਤ ਹੋ ਜਾਂਦੀ ਹੈ लाठी ਚਾਰਜ ਦੇ ਵਿੱਚ ਲਾਲਾ ਲਾਜਪਤਰਾਏ ਦੀ ਮੌਤ ਹੁੰਦੀ ਹੈ 1928 ਦੇ ਵਿੱਚ लाठी ਚਾਰਜ ਦੇ ਵਿੱਚ ਡਾਇਰੈਕਟ ਕੁਸ਼ਨ ਬਣਦਾ ਕਿ ਲਾਲਾ ਲਾਜਪਤਰਾਏ ਦੀ ਮੌਤ ਕਦੋਂ ਹੋਈ ਸੀ ਤਾਂ 1928 ਦੇ ਵਿੱਚ ਹੁੰਦੀ ਹੈ लाठी ਚਾਰਜ ਦੇ ਵਿੱਚ ਇਸ ਤਰ੍ਹਾਂ ਵਾਜ ਜੇਕਰ ਆਪਾਂ ਗੱਲ ਕਰੀਏ ਲਾਲਾ ਲਾਜਪਤਰਾਏ ਦਾ ਜਿਹੜਾ ਜੱਤੀ ਪਿੰਡ ਸੀਗਾ ਉਹ ਸੀਗਾ ਟੁੱਡੀਕੇ ਜੋ ਕਿ ਮੋਗਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤਾਂ ਇਹ ਵੀ ਕੁਸ਼ਨ ਪੇਪਰ ਦੇ ਵਿੱਚ ਬਣਦਾ ਹੈ ਜਿਹੜਾ ਪੰਜਾਬ ਕੇਸਰੀ ਅਤੇ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਲਾਲਾ ਲਾਜਪਤ ਰਾਏ ਨੂੰ ਨੈਕਸਟ ਪਹਿਲਾ ਕੱਲੂਕਾਰਾ ਜਾਂ ਛੋਟਾ ਕੱਲੂਕਾਰਾ ਕਦੋਂ ਹੋਇਆ ਸੀ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਏ یعنی ਕਿ 1746 ਦੇ ਵਿੱਚ ਪਹਿਲਾ ਕੱਲੂਕਾਰਾ ਜਾਂ ਛੋਟਾ ਕੱਲੂਕਾਰਾ ਹੁੰਦਾ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਇਸ ਤਰ੍ਹਾਂ ਛੋਟਾ ਕੱਲੂਕਾਰਾ 1746 ਦੇ ਵਿੱਚ ਕਾਨੂੰਨ ਆਣ ਵਿਖੇ ਹੋਇਆ ਸੀ ਕਿੱਥੇ ਹੋਇਆ ਸੀ ਕਾਨੂੰਨ ਆਣ ਵਿਖੇ ਨੈਕਸਟ ਪੰਜਾਬ ਦੇ ਵਿੱਚ ਮੁਗਲਾਂ ਦਾ ਆਖਰੀ ਸੁਬੇਦਾਰ ਕੌਣ ਸੀਗਾ ਤਾਂ ਪੰਜਾਬ ਦੇ ਵਿੱਚ ਮੁਗਲਾਂ ਦਾ ਜਿਹੜਾ ਆਖਰੀ ਸੁਬੇਦਾਰ ਸੀ ਉਹ ਸੀਗਾ ਮੀਰ ਮੰਨੂ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਮੀਰ ਮੰਨੂ ਇਸ ਤਰ੍ਹਾਂ ਪੰਜਾਬ ਵਿੱਚ ਅਫਗਾਨਾਂ ਦਾ ਪਹਿਲਾ ਸੁਬੇਦਾਰ ਪੁੱਛਿਆ ਜਾਵੇ ਤਾਂ ਸੇਮ ਹੀ ਆਨਸਰ ਬਣੇਗਾ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਕੁੱਲ ਕਿੰਨੇ ਹਮਲੇ ਕੀਤੇ ਸੀ ਤਾਂ ਇਸ ਨੇ ਕੁੱਲ 8 ਹਮਲੇ ਕੀਤੇ ਸਨ ਡਾਇਰੈਕਟ ਕੁਸ਼ਨ ਦੇ ਵਿੱਚ ਕੁਸ਼ਨ ਬਣਦਾ ਹੈ ਪੇਪਰ ਵਿੱਚ ਐਵੇਂ ਸ਼ਬਦਾਲੀ ਨੇ ਪੰਜਾਬ ਦੇ ਕੋਲ ਕਿੰਨੇ ਹਮਲੇ ਕੀਤੇ ਸੀ ਤਾਂ 8 ਹਮਲੇ ਕੀਤੇ ਸੀ ਬਟ ਬਾਬਰ ਨੇ ਟੋਟਲ 5 ਹਮਲੇ ਕੀਤੇ ਸਨ ਪਹਿਲਾ ਹਮਰਾ 1519 ਦੇ ਵਿੱਚ ਕੀਤਾ ਸੀ ਨੈਕਸਟ ਜੇਕਰ ਆਪਾਂ ਕੁਸ਼ਨ ਦੀ ਗੱਲ ਕਰੀਏ ਮਿਸਲ ਕਿਹੜੀ ਬਾਸ਼ਾ ਦਾ ਸ਼ਬਦ ਹੈ ਉਰਦੂ ਸੰਸਕ੍ਰਿਤ ਅਰਬੀ ਜਾਂ ਫਾਰਸੀ ਤਾਂ ਮਿਸਲ ਜਿਹੜਾ ਸ਼ਬਦ ਹੈਗਾ ਇਹ ਹੈਗਾ ਅਰਬੀ ਭਾਸ਼ਾ ਦਾ ਸੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਸੀ ਮਿਸਲ ਇੱਕ ਅਰਭੀ ਪਾਸ਼ਾਦਾ ਸ਼ਬਦ ਹੈ। ਅਡ ਮਿਸਲ ਸ਼ਬਦਾ ਜੇਕਰ ਅਰਥ ਪੁੱਛ ਲਿਆ ਜਾਵੇ ਪੇਪਰ ਵਿੱਚ ਤਾਂ ਪੇਪਰ ਵਿੱਚ ਆਨਸਰ ਟਿੱਕਾ ਕਰਨਾ ਹੈ ਬਰਾਬਰ। ਦੂਜੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਕਿਹੜੀ ਸੀਗੀ? ਤਾਂ ਦੂਜੇ ਐਂਗਲੋ ਸਿੱਖ ਵਾਰ ਜਿਹੜਾ ਹੁੰਦਾ ਤਾਂ ਇਹਦੀ ਆਖਰੀ ਜਿਹੜੀ ਲੜਾਈ ਸੀਗੀ ਉਹ ਸੀਗੀ ਗੁਜਰਾਤ ਦੀ ਲੜਾਈ। B ਬਿਲਕੁਲ ਸਹੀ ਆਨਸਰ ਬਣੇਗਾ। ਠੀਕ ਹੈ ਇਸ ਨੂੰ ਤੋਪਾਂ ਦੀ ਲੜਾਈ ਜਾਂ ਕੰਨਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਇਸ ਲੜਾਈ ਦੇ ਨਾਲ ਹੀ ਆਪਣੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਲਾਰਡ ਡਲਹੌਜੀ ਦੁਆਰਾ ਮਿਲਾ ਲਿਆ ਜਾਂਦਾ ਹੈ 29 ਮਾਰਚ 1849 ਨੂੰ ਸੋ ਜਿੰਨੇ ਵੀ ਤੁਹਾਨੂੰ ਮੈਂ ਪੁਆਇੰਟ ਦੱਸ ਰਿਹਾ ਤਾਂ ਪਲੀਜ਼ ਇਹਨਾਂ ਨੂੰ ਨੋਟ ਤੁਸੀਂ ਜ਼ਰੂਰ ਕਰਨਾ ਹੈ ਇਹ ਜਿਹੜੀ ਲੜਾਈ ਪੇਪਰ ਵਿੱਚ ਪੁੱਛ ਲਈ ਜਾਂਦੀ ਕਦੋਂ ਹੋਈ ਸੀ 21 ਫਰਵਰੀ 1849 ਨੂੰ ਨੈਕਸਟ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਕਿਸ ਨੂੰ ਨਿਯੁਕਤ ਕੀਤਾ ਗਿਆ ਸੀਗਾ ਤਾਂ ਹੈਂਡਰੀ ਅਲਾਰਾਂਸ ਨੂੰ ਪੰਜਾਬ ਦਾ ਪਹਿਲਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਹੈਂਰੀ ਲਾਰੈਂਸ ਨੈਕਸਟ ਹਜਰੋ ਜਾਂ ਸ਼ਾਸ਼ਦੀ ਜਿਹੜੀ ਲੜਾਈ ਹੈ ਇਹ ਕਦੋਂ ਹੋਈ ਸੀ ਤਾਂ ਹਜਰੋ ਜਾਂ ਸ਼ਾਸ਼ਦੀ ਜਿਹੜੀ ਲੜਾਈ ਹੈ ਇਹ ਹੁੰਦੀ ਹੈ 1813 ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇਸ ਤਰ੍ਹਾਂ ਇਸ ਲੜਾਈ ਇਹ ਲੜਾਈ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਖਾਨ ਦੇ ਵਿਚਕਾਰ ਹੋਈ ਸੀ ਠੀਕ ਹੈ ਕਿੰਨਾ-ਕਿੰਨਾ ਦੇ ਵਿਚਕਾਰ ਹੋਈ ਸੀ ਹਜਰੋਜਾ ਸ਼ਾਸੇ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਖਾਨ ਦੇ ਵਿਚਕਾਰ ਹੁੰਦੀ ਹੈ ਜੱਸਾ ਸਿੰਘ ਆਲੂਵਾਲੀਆ ਮਿਸਲ ਦੀ ਰਾਜਦਾਨੀ ਸੋਰੀ ਜੱਸਾ ਸਿੰਘ ਨੇ ਆਲੂਵਾਲੀਆ ਮਿਸਲ ਦੀ ਰਾਜਦਾਨੀ ਕਿਸ ਨੂੰ ਬਣਾਇਆ ਸੀਗਾ ਇਹ ਕੁਸ਼ਣ ਪੁੱਛਿਆ ਗਿਆ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਕਪੂਰਥਾ ਠੀਕ ਹੈ ਜੱਸਾ ਸਿੰਘ ਆਲੂਵਾਲੀਆ ਨੇ ਜਸਾ ਸਿੰਘ ਨੇ ਆਲੂ ਵਾਲੀਆ ਮਿਸਲ ਦੀ ਜਿਹੜੀ ਰਾਜਧਾਨੀ ਬਣਾਈ ਸੀ ਉਹ ਬਣਾਈ ਸੀ ਕਪੂਰਥਲਾ ਇਸ ਤਰ੍ਹਾਂ ਇੱਕ ਹੋਰ ਕੁਐਸਚਨ ਬਣਦਾ ਪੇਪਰ ਦੇ ਵਿੱਚ ਫੂਲਕਿਆ ਸਟੇਟ ਦੇ ਵਿੱਚ ਕੁੱਲ ਕਿੰਨੀਆਂ ਜਿਹੜੀਆਂ ਰਿਆਸਤਾਂ ਆਉਂਦੀਆਂ ਸੀ ਤਾਂ ਤਿੰਨ ਰਿਆਸਤਾਂ ਆਉਂਦੀਆਂ ਸੀ ਇੱਕ ਪਟਿਆਲਾ ਨਾਬਾ ਤੇ ਜੀਤ ਨੈਕਸਟ ਗੁਜਰਾਵਾਲਾ ਕਿਸ ਮਿਸਲ ਦੀ ਰਾਜਧਾਨੀ ਸੀ ਡੱਲੇਵੜੀਆ ਪੰਗੀ ਸ਼ੁਕਰਚੱਕਿਆ ਜਾਂ ਹਰਾਮਗੜੀਆ ਤਾਂ ਤੁਹਾਨੂੰ ਇਸ ਦਾ ਸਹੀ ਆਨਸਰ ਪਤਾ ਲੱਗ ਗਿਆ ਹੋਵੇਗਾ ਆਨਸਰ ਬਣੇਗਾ ਸ਼ੁਕਰਚੱਕਿਆ ਮਿਸਲ ਸੀ ਬਿਲਕੁਲ ਸਹੀ ਆਨਸਰ ਬਣ ਚੁਕੇਗਾ ਠੀਕ ਹੈ ਸ਼ੁਕਰ ਚੱਕਿਆ ਮਿਸਾਲ ਜਿਹੜੀ ਸੀਗੀ ਤਾਂ ਇਸ ਦੀ ਰਾਜਧਾਨੀ ਸੀਗੀ ਗੁਜਰਾਵਾਲਾ ਸੀ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਬਾਬਾ ਆਲਾ ਸਿੰਘ ਨੂੰ ਰਾਜਾ ਦੀ ਉਪਾਦੀ ਕਿਸ ਨੇ ਦਿੱਤੀ ਸੀ ਆਹ ਕੁਸ਼ਣ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹੇਗਾ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤੁਹਾਨੂੰ ਪਤਾ ਹੈ ਜਿਹੜਾ ਪਟਿਆਲਾ ਸ਼ਹਿਰ ਹੈਗਾ ਤੇ ਬਰਨਾਲਾ ਸ਼ਹਿਰ ਹੈ ਇਹਨਾਂ ਦੋਨਾਂ ਸ਼ਹਿਰਾਂ ਦੀ ਜਿਹੜੀ ਸਥਾਪਨਾ ਕਿਸ ਨੇ ਕੀਤੀ ਸੀ ਬਾਬਾ ਆਲਾ ਸਿੰਘ ਨੇ ਕੀਤੀ ਸੀ ਇਸ ਤਰ੍ਹਾਂ ਇਹਨਾਂ ਨੂੰ ਰਾਜਾ ਦੀ ਪਾਦੀ ਕਿਸ ਨੇ ਦਿੱਤੀ ਸੀ ਦਾ ਅਹਿਮਦ ਸ਼ਾਹ ਅਬਦਾਲੀ ਨੇ ਦਿੱਤੀ ਸੀ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਗੁਰਮਤਾ ਕਿੱਥੇ ਬੁਲਾਇਆ ਜਾਂਦਾ ਸੀਗਾ ਸਿੱਖਾਂ ਦੀ ਇੱਕ ਸੰਸਥਾ ਸੀਗੀ ਗੁਰਮਤਾ ਤਾਂ ਇਹ ਬੁਲਾਇਆ ਜਾਂਦਾ ਸੀ ਅੰਮ੍ਰਿਤਸਰ ਠੀਕ ਹੈ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਅੰਮ੍ਰਿਤਸਰ ਇਸ ਤਰ੍ਹਾਂ ਗੁਰਮਤਾ ਸ੍ਰੀ ਕਾ ਤਖਤ ਸਾਹਿਬ ਵਿਖੇ ਬੁਲਾਇਆ ਜਾਂਦਾ ਸੀਗਾ ਯਾਨੀ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਅੰਮ੍ਰਿਤਸਰ ਬੁਲਾਇਆ ਜਾਂਦਾ ਸੀ ਹਰਮੰਦਰ ਸਾਹਿਬ ਵਿੱਚ ਗੁਰਮਤਾ ਤੋਂ ਪਾਵੰਦਾ ਗੁਰੂ ਦਾ ਫੈਸਲਾ ਠੀਕ ਹੈ ਗੁਰੂ ਦਾ ਫੈਸਲਾ ਇਸ ਦਾ ਪਾਵ ਹੋਵੇਗਾ ਗਰਮਤਾ ਸਾਲ ਵਿੱਚ ਦੋ ਵਾਰ ਬੁਲਾਇਆ ਜਾਂਦਾ ਸੀ ਕਿੰਨੇ ਵਾਰ ਬੁਲਾਇਆ ਜਾਂਦਾ ਸੀ ਦੋ ਵਾਰ ਬੁਲਾਇਆ ਜਾਂਦਾ ਸੀ ਜਿੰਨੇ ਵੀ ਤੁਹਾਨੂੰ ਪੁਆਇੰਟ ਦੱਸ ਰਿਹਾ ਪਲੀਜ਼ ਇੱਕ ਇੱਕ ਪੁਆਇੰਟ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੋਟ ਵੀ ਕਰ ਸਕਦੇ ਜੇ ਡਾਇਰੈਕਟ ਤੁਹਾਨੂੰ ਕੁਸ਼ਨ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ ਨੈਕਸਟ ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਕਦੋਂ ਲਾਗੂ ਕੀਤੀ ਗਈ ਸੀ ਤਾਂ ਪੰਜਾਬ ਦੇ ਵਿੱਚ ਜਿਹੜੀ ਜ਼ਬਤੀ ਪ੍ਰਣਾਲੀ ਲਾਗੂ ਹੁੰਦੀ ਹੈ ਉਹ ਆਉਂਦੀ ਹੈ 1581 ਦੇ ਵਿੱਚ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ 1581 ਦੇ ਵਿੱਚ ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਨੂੰ ਸ਼ੁਰੂ ਕੀਤਾ ਗਿਆ ਸੀ ਮੁਗਲ ਕਾਲ ਦੌਰਾਨ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਕਿਹੜਾ ਸੀਗਾ ਡਾਇਰੈਕਟ ਕੁਸ਼ਨ ਬੰਦਾ ਪੇਪਰ ਵਿੱਚ ਤਾਂ ਸੂਤੀ ਕਪੜਾ ਉਦਯੋਗ ਮੁਗਲ ਕਾਲ ਦੌਰਾਨ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਸੀ ਨੈਕਸਟ ਆਪਣਾ ਕੁਸ਼ਨ ਹੈਗਾ ਮੁਗਲ ਕਾਲ ਦੌਰਾਨ ਕਿਹੜੇ ਸ਼ਹਿਰ ਦੀਆਂ ਦਰਿਆਵਾਂ ਚਾਦਰਾਂ ਤੇ ਚਾਦਰਾਂ ਆਦ ਗਲੀਚੇ ਬਣਾਉਣ ਲਈ ਪ੍ਰਸਿੱਧ ਸਨ ਠੀਕ ਹੈ ਇਹ ਕੁਐਸਚਨ ਪੁੱਛਿਆ ਗਿਆ ਯਾਨੀ ਕਿ ਕਿਹੜੇ ਸ਼ਹਿਰ ਦੀਆਂ ਦਰੀਆਂ ਚਾਦਰਾਂ ਤੇ ਗਲੀਚੇ ਗਲੀਚੇ ਪ੍ਰਸਿੱਧ ਸਨ ਇਹ ਕੁਐਸਚਨ ਪੁੱਛਿਆ ਗਿਆ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਮੁਲਤਾਨ ਠੀਕ ਹੈ ਮੋਗਲ ਕਾਲ ਦੌਰਾਨ ਕਿਹੜੇ ਸ਼ਹਿਰ ਦੀਆਂ ਦਰੀਆਂ ਚਾਦਰਾਂ ਤੇ ਗਲੀਚੇ ਪ੍ਰਸਿੱਧ ਸਨ ਤਾਂ ਆਨਸਰ ਬਣੇਗਾ ਪੇਪਰ ਦੇ ਵਿੱਚ ਮੁਲਤਾਨ ਸੀ ਬਿਲਕੁਲ ਸਹੀ ਆਨਸਰ ਬਣ ਚੋਵੇਗਾ ਇਸ ਤੋਂ ਬਾਅਦ ਸਮਾਨਾ ਦੇ ਬਣੇ ਕੱਪੜੇ ਦੀ ਮੰਗ ਇੰਗਲੈਂਡ ਵਿੱਚ ਪਾਰੀ ਮੰਗ ਸੀਗੀ ਠੀਕ ਹੈ ਸਮਾਨਾ ਦੇ ਬਣੇ ਕੱਪੜੇ ਦੀ ਮੰਗ ਬੁੱਢਾ ਧਾਲਾ ਤੇ ਤੁਰਨਾ ਦਲ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਆ ਵੀ ਕੁਐਸ਼ਨ ਬਹੁਤ ਹੀ ਮਹੱਤਵਪੂਰਨ ਰਹੇਗਾ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਨੇ ਬੁੱਢਾ ਧਾਲਾ ਤੇ ਤੁਰਨਾ ਦਲ ਦੀ ਸਥਾਪਨਾ ਕੀਤੀ ਹੈ ਸੀ ਬਿਲਕੁਲ ਸਹੀ ਆਨਸਰ ਬਣੇਗਾ ਬੁੱਢਾ ਧਾਲਾ ਤੇ ਤੁਰਨਾ ਦਲ ਕਦੋਂ ਹੋਣ ਦੇ ਵਿੱਚ ਆਇਆ ਸੀ 1734 ਦੇ ਵਿੱਚ ਬੁੱਢਾ ਧਾਲਾ ਤੇ ਤੁਰਨਾ ਦਲ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਜੇਕਰ ਆਪਾਂ ਕੋਸ਼ਨ ਦੀ ਗੱਲ ਕਰੀਏ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀਗਾ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ অপਸ਼ਨ ਨੰਬਰ ਬੀ ਯਾਨੀ ਕਿ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ ਬੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਐਂਡ ਕਮੈਂਟ ਬਾਕਸ ਵਿੱਚ ਇੱਕ ਕੁਐਸ਼ਨ ਦਾ ਆਨਸਰ ਤੁਸੀਂ ਦੱਸਣਾ ਕਿ ਦਲ ਖਾਲਸਾ ਦੀ ਸਥਾਪਨਾ ਕਦੋਂ ਹੁੰਦੀ ਹੈ ਇਸ ਆਨਸਰ ਨੂੰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਬੰਦਾ ਸਿੰਘ ਬਹਾਦਰ ਦੀ ਰਾਜਤਾਨੀ ਦਾ ਨਾਮ ਕੀ ਸੀ ਤਾਂ ਇਸ ਤਰ੍ਹਾਂ ਯਾਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਐਨ ਕੀ ਲੋਗੜ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਰਾਜਤਾਨੀ ਸੀਗੀ ਉਹਦਾ ਨਾਮ ਸੀਗੀ ਲੋਗੜ ਡੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਲੋਗੜ ਦਾ ਹੀ ਨਾਮ ਸੀਗਾ ਮੁਖਲਿਸਪੁਰ ਇਸ ਤਰ੍ਹਾਂ ਇੱਕ ਹੋਰ ਬੰਦਾ ਹੈ ਕੁਸ਼ਨ ਪੇਪਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਾਹਵਰਾ ਸੀਗਾ ਉਹਦੀ ਲੈਂਗੁਏਜ ਕਿਹੜੀ ਸੀਗੀ ਠੀਕ ਹੈ ਸਾਮਰਾਧੀ ਅਧਿਕਾਰਿਕ ਲੈਂਗੁਏਜ ਕਿਹੜੀ ਸੀਗੀ ਤਾਂ ਉਹ ਸੀਗੀ ਫਾਰਸੀ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਸਾਮਰਾਧੀ ਲੈਂਗੁਏਜ ਹੈਗੀ ਫਾਰਸੀ ਯਾਨੀ ਕਿ ਅਧਿਕਾਰਿਕ ਭਾਸ਼ਾ ਸੀਗੀ ਫਾਰਸੀ ਦੋਨੋਂ ਕੁਸ਼ਨ ਪੇਪਰ ਵਿੱਚ ਪੁੱਛੇ ਜਾਂਦੇ ਨੇ ਤਾਂ ਆਨਸਰ ਤੁਸੀਂ ਯਾਦ ਰੱਖਣੇ ਨੇ ਐਂਡ ਸ਼੍ਰੀ ਗੁਰੂ ਗੋਬਿੰਦ ਸਿੰਘਾ ਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਪਹਿਲੀ ਵਾਰ ਮੋਹਰ ਕਿਸ ਨੇ ਜਾਰੀ ਕੀਤੀ ਸੀ ਤਾਂ ਇਹ ਵੀ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤੀ ਸੀ ਬਟ ਨਾਨਕ ਸ਼ਹੀ ਸਿੱਕੇ ਜਾਰੀ ਕੀਤੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਨੈਕਸਟ ਇਹ ਤੇ ਲਾਸਟ ਕੁਐਸਚਨ ਹੈਗਾ ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਮ ਕੀ ਸੀ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਹਰਾਮਦੇਵ ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਮ ਸੀਗਾ ਹਰਾਮਦੇਵ ਇਹ ਬਿਲਕੁਲ ਸਹੀ ਆਨਸਰ ਬਣ ਚੋਵੇਗਾ ਆਪਸ਼ਨ ਨੰਬਰ ਏ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫ ਲੱਗੀ ਹੋਵੇਗੀ ਸੋ ਪਲੀਜ਼ ਜੇਕਰ ਤੁਹਾਨੂੰ ਹੈਲਪਫ ਲੱਗੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਜ਼ਰੂਰ ਕਰਨਾ ਹੈ ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਕੇ 올 ਬਟਨ ਤੇ ਵੀ ਜ਼ਰੂਰ ਹੀ ਕਲਿੱਕ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲਦਾ ਰਹੇ ਇਸ ਤੋਂ ਬਾਅਦ ਚੈਨਲ ਦੀ ਪਲੇ ਲਿਸਟ ਚੈੱਕ ਕਰਕੇ ਦੇਖੋ ਉੱਥੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਸੋ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਵੀਡੀਓਜ਼ ਨੂੰ ਤੁਸੀਂ ਇੱਕ ਤੋਂ ਦੋ ਵਾਰ ਜ਼ਰੂਰ ਦੇਖਣਾ ਹੈ ਤਾਂ ਜੋ ਇਗਜ਼ਾਮ 'ਚ ਤੁਹਾਡੀ ਹੱਲ ਪ ਹੋ ਸਕੇ ਐਂਡ ਜੇਕਰ ਤੁਸੀਂ ਆਪਣੇ ਕੋਲ ਪੰਜਾਬ ਜੀਕੇ ਦੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਤੁਹਾਨੂੰ ਫਿਰ ਤੋਂ ਦੁਬਾਰਾ ਦੱਸਦਾ 95173 डबल 4 5w4 ਇਸ ਨੰਬਰ ਤੇ ਜਾਂ ਤਾਂ ਤੁਸੀਂ ਮੈਨੂੰ ਕਾਲ ਕਰਨਾ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਆਪਣੇ ਜਿਹੜੇ ਪੰਜਾਬ ਜੀਕੇ ਦੇ ਨੋਟਸ ਹਨ ਉਹਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸਿਰਫ 2 ਰੁਪਏ ਦੇ ਵਿੱਚ ਆਪਣੇ ਕੋਲ ਤੁਸੀਂ ਕੰਪਲੀਟ ਪੰਜਾਬ ਜੀਕੇ ਲੈ ਸਕਦੇ ਹੋ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ